ਗੋਰਿਆਂ ਨੇ ਰਿਸਰਚ ਕੀਤੀ ਹੈ ਸਾਡੇ ਲਈ ਵੀ ਜਦੋਂ ਇੱਥੇ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਕੀ ਕੀ ਪ੍ਰੋਬਲਮ ਆ ਸਕਦੀਆਂ। ਹੁਣ ਆਪਾਂ ਨੇ ਉਹ ਇਸ਼ੂ ਦੱਸਣੇ ਆ ਜਿਹੜੇ ਕਿ ਪੇਰੈਂਟਸ ਨੂੰ ਪਤਾ ਹੋਣੇ ਚਾਹੀਦੇ ਆ ਇੱਕ ਜਵਾਕ ਨੂੰ ਦੂਜੇ ਜਵਾਕ ਨਾਲ ਬੰਨ ਕੇ ਇੱਥੇ ਪਹੁੰਚਣ ਤੋਂ ਪਹਿਲਾਂ। ਹੁਣ ਪਹਿਲੀ ਪ੍ਰੋਬਲਮ ਤਾਂ ਇਹ ਹੈ ਜੀ, ਜਦੋਂ ਬਾਰਵੀਂ ਕਰਕੇ ਜਵਾਕ ਇੱਥੇ ਪਹੁੰਚਦਾ ਬਾਹਰਲੇ ਮੁਲਕ, ਚਾਹੇ ਉਹ ਆਸਟ੍ਰੇਲੀਆ, ਕੈਨੇਡਾ, ਚਾਹੇ ਉਹ ਨਿਊਜ਼ੀਲੈਂਡ ਆ, ਚਾਹੇ ਉਹ ਇੰਗਲੈਂਡ ਆ ਜਾਂ ਕੋਈ ਵੀ ਵਿਕਸਿਤ ਮੁਲਕ, ਸਭ ਤੋਂ ਪਹਿਲਾਂ ਤਾਂ ਅਨਫੈਮਿਲੀਅਰ ਅਕੈਡਮਿਕ ਇਨਵਾਇਰਮੈਂਟ ਹੁੰਦਾ ਜਿਹੜਾ ਕਦੇ ਵੀ ਸੋਚਿਆ ਨਹੀਂ ਜਾਂਦਾ ਪੇਰੈਂਟਸ ਵੱਲੋਂ ਜਾਂ ਸਟੂਡੈਂਟ ਵੱਲੋਂ ਵੀ ਜਿੱਥੇ ਸਾਡਾ ਜਵਾਕ ਜਾ ਰਿਹਾ ਉੱਥੇ ਪੜ੍ਹਾਈ ਦਾ ਤਰੀਕਾ ਸਾਡੇ ਮੁਲਕ ਨਾਲੋਂ ਟੋਟਲੀ ਡਿਫਰੈਂਟ। ਇਹ ਰਿਸਰਚ ਦੇ ਸਿੱਟੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਫਲਿੰਡਰ ਯੂਨੀਵਰਸਿਟੀ ਤੇ ਮਨੈਸ਼ ਯੂਨੀਵਰਸਿਟੀ ਦੀ ਰਿਸਰਚ ਆ, ਉਹਨਾਂ ਨੇ ਨਿਚੋੜ ਕੱਢਿਆ ਹੋਇਆ। ਠੀਕ ਆ, ਵੀ ਜਿਹੜਾ ਤਣਾਅ ਇੰਟਰਨੈਸ਼ਨਲ ਸਟੂਡੈਂਟ ਚ ਕਿਉਂ ਹੋ ਰਿਹਾ, ਕਿਉਂ ਉਹਨਾਂ ਦੇ ਰਿਲੇਸ਼ਨ ਖਰਾਬ ਹੋ ਰਹੇ ਨੇ। ਦੂਜੀ ਚੀਜ਼, ਚਾਹੇ ਤੁਹਾਡੇ 7.5 ਬੈਂਡ ਨੇ, ਚਾਹੇ ਤੁਹਾਡੇ 8 ਬੈਂਡ ਨੇ, ਜਦੋਂ ਇੱਥੇ ਆਉਣਾ ਥੋੜੀ ਬਹੁਤੀ ਪ੍ਰੋਬਲਮ ਇੰਗਲਿਸ਼ ਲੈਂਗੁਏਜ ਦੀ, ਐਕਸੈਂਟ ਦੀ ਹਰ ਇੱਕ ਨੂੰ ਆਉਂਦੀ ਆ। ਮੈਂ ਕਹਾਂ ਮੈਨੂੰ ਨਹੀਂ ਆਈ ਸੀ ਜਦੋਂ ਮੈਂ ਪਹਿਲੀ ਵਾਰੀ ਬਾਹਰਲੇ ਮੁਲਕ ਤੇ ਗਿਆ ਸੀ, ਮੈਨੂੰ ਵੀ ਆਈ ਸੀ। ਹੁਣੇ ਸੋਚ ਕੇ ਦੇਖੋ, ਇੱਕ ਤਾਂ ਪ੍ਰਾਇਮਰੀ ਐਪਲੀਕੈਂਟ ਆ ਜਿਹੜਾ 7 ਬੈਂਡ ਲੈ ਕੇ ਆਇਆ ਜਾਂ 6.5 ਬੈਂਡ ਆਇਆ, ਪ੍ਰੋਬਲਮ ਤਾਂ ਇੰਗਲਿਸ਼ ਦੀ ਉਹਨੂੰ ਵੀ ਆਉਂਦੀ ਆ। ਜਿਹੜਾ ਸੱਜਣ ਉਹਦੇ ਨਾਲ ਇੱਕ ਇਨਸਾਨ ਸੈਕੰਡਰੀ ਐਪਲੀਕੈਂਟ ਆਇਆ ਹੋਇਆ, ਉਹਨੂੰ ਅੰਗਰੇਜ਼ੀ ਦੀ ਕਿੰਨੀ ਦਿੱਕਤ ਹੋਊਗੀ, ਉਹਨੂੰ ਸੌਦਾ ਲੈਣ ਦੇ ਵਿੱਚ ਵੀ ਹਿਚਕਚਾਹਟ ਹੋਊਗੀ। ਸੁਪਰ ਮਾਰਕੀਟ ਦੇ ਵਿੱਚੋਂ ਸਮਾਨ ਖਰੀਦਣ ਲਈ ਵੀ ਉਹਨੂੰ 2 ਹਫ਼ਤੇ ਲੱਗ ਜਾਂਦੇ ਆ, ਵੀ ਉੱਥੇ ਚੀਜ਼ ਪੁੱਛਣੀ ਕਿਵੇਂ ਆ, ਲੈਣੀ ਕਿਵੇਂ। ਹੁਣ ਤੀਜਾ ਇਸ਼ੂ ਜਿਹੜਾ ਇੱਥੇ ਹੈਗਾ ਵੱਡਾ, ਜਦੋਂ ਕੋਈ ਸਟੂਡੈਂਟ ਬਾਹਰਲੇ ਮੁਲਕ 'ਚ ਪਹੁੰਚਦਾ, ਜਿਹੜਾ ਇੱਥੇ ਟੀਚਰ ਸਟੂਡੈਂਟ ਦੀ ਇੰਟਰੈਕਸ਼ਨ ਆ ਸਾਡੇ ਹੋਮ ਕੰਟਰੀ ਨਾਲੋਂ, ਉਹ ਬਿਲਕੁਲ ਅਲੱਗ ਆ। ਉਹਨੂੰ ਆਪਾਂ ਬੋਲਦੇ ਹਾਂ ਮੋਡ ਆਫ ਟੀਚਰ ਸਟੂਡੈਂਟ ਇੰਟਰੈਕਸ਼ਨ। ਠੀਕ ਆ, ਇਹ ਇੰਟਾਇਰਲੀ ਡਿਫਰੈਂਟ ਆ। ਹੁਣ ਇਹਦੇ ਨਾਲ ਨਾਲ ਤੁਸੀਂ ਸੋਚ ਕੇ ਦੇਖੋ, ਜਿਹੜਾ ਬਾਰਵੀਂ ਪੜ੍ਹ ਕੇ ਜਵਾਕ ਇੱਥੇ ਪਹੁੰਚ ਰਿਹਾ, ਜਿਹਨੇ ਕਦੇ 1 ਰੁਪਈਆ ਆਪ ਕਮਾਇਆ ਨਹੀਂ ਹੁੰਦਾ, 1 ਰੁਪਈਆ ਕਦੇ ਮੈਨੇਜ ਨਹੀਂ ਕੀਤਾ ਹੁੰਦਾ, ਤੇ 95% ਕੇਸਿਸ ਦੇ ਵਿੱਚ ਚਾਹ ਵੀ ਕਦੇ ਬਣਾ ਕੇ ਦੇਖੀ ਨਹੀਂ ਹੁੰਦੀ, ਰੋਟੀ ਪਾਣੀ ਬਾਕੀ ਦੀਆਂ ਚੀਜ਼ਾਂ ਤਾਂ ਬਾਅਦ ਦੀਆਂ ਗੱਲਾਂ। ਠੀਕ ਆ, ਉਹਨਾਂ ਨੇ ਨਾਲ ਇੱਕ ਹੋਰ ਰਿਸਰਚ ਪੇਸ਼ ਕੀਤੀ ਵੀ ਜਦੋਂ ਸਟੂਡੈਂਟ ਆਪਣੇ ਪੇਰੈਂਟਸ ਤੋਂ ਸੈਪਰੇਟ ਹੁੰਦਾ, ਉਹ ਇੰਡੀਪੈਂਡੈਂਟਲੀ ਰਹਿਣ ਲੱਗਦਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਦੇ ਵੀ ਕੰਸਿਡਰ ਨਹੀਂ ਕੀਤਾ ਜਾਂਦਾ ਜਦੋਂ ਆਪਾਂ ਪ੍ਰੋਬਲਮਾਂ ਨੂੰ ਦੇ ਹੱਲ ਲੱਭਦੇ ਹਾਂ। ਸਭ ਤੋਂ ਪਹਿਲੀ ਤਾਂ ਕੁਕਿੰਗ, ਉਹਨੇ ਖਾਣਾ ਆਪ ਬਣਾਉਣਾ। ਦੂਜੀ ਚੀਜ਼ ਜਿਹੜੀ ਉਹਨੇ ਕਦੇ ਜ਼ਿੰਦਗੀ ਚ ਕੀਤੀ ਨਹੀਂ ਹੁੰਦੀ, ਬਜਟਿੰਗ। ਤੁਸੀਂ ਉਹਨੂੰ $1,000 ਕੈਸ਼ ਦੇ ਕੇ ਤੋਰ ਦਿੰਦੇ ਹੋ, ਉਹ ਪਹਿਲੇ 2 ਹਫ਼ਤਿਆਂ ਚ ਮੁੱਕ ਜਾਂਦਾ। ਉਹਨੇ ਇਹ ਵੀ ਦੇਖਣਾ ਵੀ ਮੈਂ ਆਪਦੇ ਪੈਸੇ ਕਿੱਥੇ ਬਚਾ ਕੇ ਕਿੱਥੇ ਲਾਉਣੇ ਆ, ਉਹਨੂੰ ਇੰਨੀ ਸਮਝ ਨਹੀਂ ਹੁੰਦੀ ਵੀ ਬਜਟਿੰਗ ਆਪਣੀ ਕਿਵੇਂ ਕਰਨੀ ਆ। ਕਲੀਨਿੰਗ ਵੀ ਉਹ ਆਪ ਕਰਦਾ। ਫਿਰ ਜਿਹੜੀ ਸਭ ਤੋਂ ਵੱਡੀ ਤੇ ਮੋਸਟ ਇੰਪੋਰਟੈਂਟ ਚੀਜ਼ ਆ, ਖਾਸ ਕਰਕੇ ਜਿਹੜੀਆਂ ਬੱਚੀਆਂ 12ਵੀਂ ਤੋਂ ਬਾਅਦ ਵਿਆਹ ਕਰਾ ਕੇ ਇੱਥੇ ਪਹੁੰਚਦੀਆਂ ਨੇ, ਉਹਨਾਂ ਨੂੰ 3 ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ। ਪਹਿਲੀ ਤਾਂ ਆਪਣੀ ਸਟੱਡੀ, ਜਿਹੜੀ ਕਿ ਇੰਟਾਇਰਲੀ ਡਿਫਰੈਂਟ ਆ ਐਜ਼ ਕੰਪੇਅਰ ਟੂ ਹੋਮ ਕੰਟਰੀ ਜਿੱਥੋਂ ਤੁਸੀਂ ਆਪਣੇ ਦੇਸ਼ ਆਏ। ਦੂਜੀ ਚੀਜ਼, ਉਹਨੇ ਆਪਣਾ ਘਰ ਮੈਨੇਜ ਕਰਨਾ, ਆ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਨੇ ਉਹ ਮੈਨੇਜ ਕਰਨੀਆਂ ਨੇ। ਤੀਜੀ ਜਿਹੜੀ ਮੋਸਟ ਇੰਪੋਰਟੈਂਟ ਆ, ਜਿਹੜੀ ਉਹਦੇ ਤੇ ਅਸੀਂ ਸਿੱਟੀ ਜਾਂਦੀ ਆ, ਸਮਾਜ ਸੁੱਟਦਾ ਉਹਦੇ ਤੇ ਵੀ ਆਹ ਚੱਕ ਤੈਨੂੰ ਇਹ ਮੈਨੇਜ ਕਰਨਾ ਪੈਣਾ, ਉਹ ਆ ਰਿਲੇਸ਼ਨਸ਼ਿਪ। ਉਹ ਰਿਲੇਸ਼ਨਸ਼ਿਪ ਆਪਣੇ ਘਰ ਵਾਲੇ ਨਾਲ, ਲਾਈਫ ਪਾਰਟਨਰ ਨਾਲ ਵੀ ਮੈਨੇਜ ਕਰਨਾ, ਪਲੱਸ ਸਾਡੇ ਸਮਾਜ ਦੀਆਂ ਪ੍ਰੋਬਲਮਾਂ ਨੇ। ਜੇ 1 ਹਫ਼ਤਾ ਆਪਦੇ ਸਹੁਰੇ ਘਰ ਫੋਨ ਨਹੀਂ ਕੀਤਾ ਤਾਂ ਉਹਦੇ ਤੇ ਟੈਗ ਲਾ ਦਿੱਤਾ ਜਾਂਦਾ ਵੀ ਕੁੜੀ ਬਦਲ। ਪਰ ਕਿਸੇ ਨੂੰ ਆਹ ਜਿਹੜੇ ਮੈਂ ਪ੍ਰੋਬਲਮਾਂ ਉੱਪਰ ਦੱਸੀਆਂ ਨੇ, ਜਿਹੜੇ ਮਾਪੇ ਇੰਡੀਆ ਚ ਬੈਠੇ ਆਪਦੀਆਂ ਕੁੜੀਆਂ ਨੂੰ ਇੱਥੇ ਸੁੱਟਦੇ ਨੇ ਨਰਕ ਵਾਲੀ ਲਾਈਫ ਦੇ ਵਿੱਚ ਸ਼ੁਰੂ ਦੇ ਵਿੱਚ, ਉਹਨਾਂ ਨੂੰ ਅੱਜ ਜਿਹੜਾ ਇਲਮ ਹੈਗਾ, ਗਿਆਨ ਹੈਗਾ ਵੀ ਉਹ ਕੁੜੀ ਤੇ ਮੁੰਡਾ ਆਹ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋਣਗੇ। ਫਿਰ ਉਦੋਂ ਬਾਅਦ ਇੱਕ ਚੀਜ਼ ਹੋਰ ਵੱਡੀ ਆ, ਉਹਨਾਂ ਕੋਲੇ ਪੈਸੇ ਨਹੀਂ ਹੁੰਦੇ।
ਸ਼ੋਅ ਕਰਕੇ ਤਾਂ ਆਉਂਦੇ ਆ ਵੀ ਅਸੀਂ ਬਹੁਤ ਅਮੀਰ ਹਾਂ, ਸਾਡੇ ਕੋਲ ਸਾਰਾ ਕੁਛ ਹੈਗਾ। ਆਸਟ੍ਰੇਲੀਅਨ ਮੈਸੀ ਨੇ ਤਾਂ ਕਾਗਜ਼ ਟਕਾ ਕੇ ਲਾਏ ਜਾਂਦੇ ਆ, ਚਾਹੇ ਉਹ 22 ਲੱਖ ਰੁਪਇਆ ਦੇ ਕੇ ਲਾਏ ਹੋਣ ਕਿਸੇ। ਪਰ ਅਸਲੀਅਤ ਇਹ ਆ, 99.9% ਕੇਸਿਸ ਦੇ ਵਿੱਚ ਉਹਨਾਂ ਨੇ ਕੰਮ ਵੀ ਲੱਭਣਾ ਹੁੰਦਾ ਆਪਦੀ ਫੀਸ ਇਕੱਠੀ ਕਰਨ ਨੂੰ, ਆਪਦੇ ਆ ਸਾਰੇ ਖਰਚੇ ਮੇਨਟੇਨ ਕਰਨ। ਫਿਰ ਅਸੀਂ ਐਕਸਪੈਕਟ ਕਰਦੇ ਹਾਂ ਵੀ ਉਹ ਦੋ ਬੱਚੇ ਜਿਹੜੇ ਕਿਸੇ ਜੇ 19-20 ਸਾਲ ਦੇ ਨੇ, ਜਿਹਦੇ ਵਿੱਚੋਂ ਇੱਕ ਨੂੰ ਢੰਗ ਨਾਲ ਅੰਗਰੇਜ਼ੀ ਵੀ ਨੀ ਬੋਲਣੀ ਆਉਂਦੀ, ਦੂਜਾ ਜਿਹਨੇ ਕਦੇ ਜ਼ਿੰਦਗੀ ਨੀ ਦੇਖੀ ਹੁੰਦੀ, ਜਿਹਨੇ ਕਦੇ ਚਾਰ ਹੀ ਬਣਾ ਕੇ ਦੇਖੀ ਹੁੰਦੀ, ਕਿਉਂਕਿ ਮੈਡੀਕਲ ਨਾਨ ਮੈਡੀਕਲ ਦੀਆਂ ਪੜ੍ਹਾਈਆਂ 'ਚ ਉਹਦੀ ਜ਼ਿੰਦਗੀ ਲੰਘਦੀ ਹੈ 12th ਤੱਕ, ਉਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਵੀ ਉੱਥੇ ਜਾ ਕੇ ਕੁੜੀ ਬਦਲ ਗਈ ਜਾਂ ਮੁੰਡਾ ਸਾਡੀ ਕੁੜੀ ਨੂੰ ਤੰਗ ਕਰਦਾ। ਠੀਕ ਆ, ਇਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ, ਪਰ ਆ ਜਿਹੜੇ ਕਾਰਨ ਨੇ ਇਹ ਰਿਸਰਚ ਬੇਸਡ ਸਟੱਡੀ ਆ, ਉਹਦੇ ਵਿੱਚ ਪਾਏ ਜਾਂਦੇ ਨੇ।